ਕੀ ਚੱਲਿਆ ਅਮਰੀਕਾ ਪੇਠਾ ਚੱਲਿਆ 3 ਲੱਖ ਰੁਪਏ ਦਾ ਇਹ ਫਿਰ 3 ਲੱਖ ਦਾ ਪੇਠਾ ਦਾ ਬਣਾਤਾ ਤੁਸੀਂ ਹਾਂਜੀ ਇਹ ਗਾਂਹ ਵਾਲੇ ਦੇ ਦਿਮਾਗ ਚ ਕਿਵੇਂ ਆਈਏ ਲਾਉਣਾ ਕਿੱਥੇ ਕਿੱਥੇ ਫਿੱਟ ਕਿੱਥੇ ਹੋਣਾ ਜਾ ਕੇ ਅਮਰੀਕਾ ਜਿਹੜਾ ਹੋਰ ਵੀ ਸਮਾਨ ਉਹਨਾਂ ਦਾ ਹੀ ਪਿਆ ਜਿਹੜਾ ਸਾਰਾ ਅਮਰੀਕਾ ਹੀ ਜਾਣਾ ਵਾ ਪਾਰਕ ਚੇਰਾਂ ਵਗੈਰਾ ਝੂਲੇ ਵਗੈਰਾ ਜਿੰਨੇ ਪਏ ਨੇ ਆਹ ਯਾਰ ਗੱਲ ਇਹ ਦੇਖ ਵੀਰੇ ਹੈ ਵੀ ਟਰੱਕ ਜਿੰਨਾ ਉੱਚਾ ਇਹ ਇੱਥੇ ਪਹਿਲਾਂ ਮਿੱਟੀ ਦੇ ਬਣੇ ਫਿਰ ਫਾਈਬਰ ਤੇ ਬਣੇ ਫਿਰ ਫਾਈਬਰ ਤੇ ਬਣੇ ਇਹਨੂੰ ਤਾਂ ਬਣਾਉਣ ਨੂੰ ਵੀ ਬੰਦੇ 10 ਚਾਹੀਦੇ ਹੋਣੇ ਕਿ ਨਹੀਂ ਬਣਾਉਣ ਨੂੰ ਵੀ 3 ਮਹੀਨੇ ਲੱਗ ਗਏ 2 ਤੋਂ 3 ਮਹੀਨੇ ਲੱਗ ਗਏ ਕੰਪਲੀਟ 2 ਤੋਂ 3 ਮਹੀਨੇ ਚ ਬਣਿਆ ਇੱਕ ਹਾਂਜੀ ਹਾਂਜੀ ਪੇਠਾ ਸੱਚ ਹਾਂਜੀ 3 ਲੱਖ ਚ ਕਦੇ ਫੋਟੋ ਜਾਂ ਰੀਲ ਬਣਦੀ ਦੇਖੀ ਆ ਕਿਵੇਂ ਬਣਦੀ ਆ ਮੈਂ ਗੱਲ ਕਰਾਉਣਾ ਵੀਰੇ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਫਿਰ ਇੱਕ ਛੋਟੀ ਜੀ ਵੀਡੀਓ 'ਚ ਸਵਾਗਤ ਕਹਿ ਲਈਏ ਹਾਂਜੀ ਇਹ ਵੀਰੇ ਮੈਂ ਤੁਹਾਨੂੰ ਐਂ ਪੁੱਛਣਾ ਹਾਂਜੀ ਵੀ ਕਹਿੰਦੇ ਫੋਟੋ ਵੀਡੀਓ ਦਾ ਹਰੇਕ ਨੂੰ ਸ਼ੌਂਕ ਆ ਹਾਂਜੀ ਪਰ ਜਿਹੜਾ ਬੰਦਾ ਕਹਿੰਦੇ 3 ਲੱਖ 'ਚ ਪੈ ਗਿਆ ਉਹ ਮਹਿੰਗਾ ਸ਼ੌਂਕ ਹੋ ਜਾਂਦਾ ਤੇ ਆਹ 3 ਲੱਖ ਦੇ ਸ਼ੌਂਕ ਪੈਣਾ ਸਿਰਫ ਇੱਕ ਫੋਟੋ ਦਾ ਕਿਵੇਂ ਬਈ ਇਹ ਚੱਲਿਆ ਅਮਰੀਕਾ ਇਹ ਚੱਲਿਆ ਅਮਰੀਕਾ ਜੀ ਕੀ ਚੱਲਿਆ ਅਮਰੀਕਾ ਪੇਠਾ ਚੱਲਿਆ 3 ਲੱਖ ਰੁਪਏ ਦਾ ਇਹ ਵੀਰੇ 3 ਲੱਖ ਦਾ ਪੇਠਾ ਦਾ ਬਣਾਤਾ ਤੁਸੀਂ ਹਾਂਜੀ ਇਹ ਗਾਂਹ ਵਾਲੇ ਦੇ ਦਿਮਾਗ ਚ ਕਿਵੇਂ ਆਈਏ ਲਾਉਣਾ ਕਿੱਥੇ ਫਿੱਟ ਕਿੱਥੇ ਹੋਣਾ ਜਾ ਕੇ ਅਮਰੀਕਾ ਚ ਜਿਹੜਾ ਹੈਲੋਨ ਦਾ ਮੇਲਾ ਲੱਗਦਾ ਸਿੱਧੂ ਫਾਰਮ ਚ ਅੱਛਾ ਉੱਥੇ ਉਹਨਾਂ ਨੇ ਪੰਪਕਿਨਸ ਉੱਥੇ ਆਪਦੇ ਮੇਲੇ ਦੀ ਨਿਸ਼ਾਨੀ ਲਾਉਣੀ ਆ ਵੱਡਾ ਪੇਠਾ ਲਾ ਕੇ ਸਭ ਤੋਂ ਵੱਡਾ ਵੱਡਾ ਪੇਠਾ ਲਾ ਕੇ ਇਹਦੇ ਵਿੱਚ ਬੰਨੇ ਫਰੇਮ ਇੱਥੇ ਆ ਜਾਣੇ ਜਵਾਕ ਫੈਮਿਲੀ ਵਾਲੇ ਸਾਰੇ ਹਾਂਜੀ ਫੈਮਿਲੀ ਇੱਥੇ ਆ ਜਾਣਾ ਸਿਆਣਾ ਬੰਦਾ ਇੱਥੇ ਆ ਜਾਣਾ ਸਿਆਣਾ ਤੇ ਇਹਦਾ ਗੇਟ ਗੂਟ ਕਿੱਥੇ ਸੱਚ ਗੇਟ ਇਹਦਾ ਪਿਛਲੇ ਬੰਨੇ ਆ ਅੱਛਾ ਗੇਟ ਆਪਾਂ ਐਂਟਰ ਕਰਕੇ ਉਰੋਂ ਦੀ ਗੱਲਾਂ ਉਰੇ ਦਿਖਾਉਨੇ ਤੈਨੂੰ ਹਾਂ ਆਪਾਂ ਦਿਖਾ ਵੀ ਦਿੰਦੇ ਸੱਚ ਆਪਾਂ ਇੱਧਰ ਵੀ ਗੱਲ ਕਰ ਜੀ ਤੇ ਇਹ ਇਹਨਾਂ ਦਾ ਹਿਸਾਬ ਹੈ ਵੀ ਬਾਹਰ ਬੂਰ ਚੱਲੇ ਸਾਰੇ ਬਾਹਰ ਹੀ ਚੱਲੇ ਜਾਨਵਰ ਉਹਨਾਂ ਨੇ ਮਤਲਬ ਆਪਦੇ ਫਾਰਮ ਹਾਊਸ 'ਚ ਰੱਖਣੇ ਉੱਥੇ ਜਿਵੇਂ ਊਠ ਆ ਜਰਾਫ ਆ ਗਿਆ ਹੋ ਗਿਆ ਹਾਥੀ ਹੋ ਗਿਆ ਮੋਰ ਵਗੈਰਾ ਵੀ ਆ ਉਹ ਕੱਛੂ ਹੋ ਗਿਆ ਤੇ ਇਹ ਵੀਰੇ ਫਿਰ ਇਹਨਾਂ ਦਾ ਪਾਣੀ ਪੂਣੀ ਦਾ ਮੀਂਹ ਕਣੀ ਚ ਕੀ ਹਿਸਾਬ ਨਹੀਂ ਕੁਛ ਨਹੀਂ ਹੁੰਦਾ ਫਾਈਬਰ ਦਾ ਜੀ ਓਪਨ ਬਾਹਰ ਰੰਗ ਰੁੰਗ ਦਾ ਜਾਂ ਕੋਈ ਹੋਰ ਚੱਕਰ ਵੀ ਬੇਫਿਕਰ ਹੋ ਕੇ ਬੰਦਾ ਬਾਹਰ ਫੋਰਨ ਦੇ ਵਿੱਚ ਖਾਸ ਸਪੈਸ਼ਲ ਧਿਆਨ ਇਹੀ ਰੱਖਿਆ ਜਾਂਦਾ ਵੀ ਫੋਰਨ 'ਚ ਚੀਜ਼ ਜਾਣੀ ਆ ਹਾਂਜੀ ਤੇ ਬਈ ਇਹ ਬੰਦਾ ਅੱਖਾਂ ਮੀਚ ਕੇ ਹਨਾ ਹਾਂਜੀ ਹਾਂ ਕੋਈ ਝੂਲਾ ਹੋਵੇ ਜੇ ਜਾਂ ਕੋਈ ਹੋਵੇ ਆ ਜਾਊਗੀ ਅੰਦਰ ਤੁਹਾਨੂੰ ਦਿਖਾਵਾਂ ਮੈਂ ਲੈ ਇਹ ਤਾਂ ਖੁੱਲਾ ਬੜਾ ਪ੍ਰੋਜੈਕਟ ਮੈਂ ਨਾ ਹਜੇ ਜਾ ਕੇ ਉੱਥੇ ਹੋਰ ਤਰੀਕੇ ਨਾਲ ਫਿੱਟ ਹੋਊਗਾ ਹਾਂਜੀ ਹਾਂਜੀ ਹਜੇ ਤਾਂ ਮੈਂ ਨਾ ਹਲੇ ਵਾਲੋ ਕੰਪਲੀਟ ਫਿਕਸ ਕਰ ਲੂ ਵਾਲੇ ਆਪਾਂ ਟ੍ਰਾਇਲ ਤੇ ਆਏ ਹਾਂ ਹਜੇ ਇਹ ਦੁਆ ਦੇ ਸਾਰਾ ਹਜੇ ਕਹਿੰਦੀ ਰੈਨੋਵੇਟ ਹੋਊਗਾ ਹਾਂਜੀ ਹਾਂਜੀ ਇਹ ਬਣਾਇਆ ਜਾਊਗਾ ਉਧਰਲੇ ਪਾਸੇ ਫਿਰ ਤੁਹਾਨੂੰ ਇਹ ਹੈਲੋਵਨ ਦੇ ਮੇਲੇ ਦੇ ਵਿੱਚ ਅਮਰੀਕਾ ਦਿਸੂਗਾ ਕੋਈ ਲੱਗਾ ਪਿਆ ਤੇ ਇਹ ਵੀਰੇ ਆਪਣੀ ਜਿਹੜੀ ਸ਼ਿਪਿੰਗ ਆਹ ਇੱਕ ਲਵੇਟਿਆ ਪਿਆ ਇਹ ਵੀ ਉਹਨਾਂ ਦੇ 2 ਪੀਸ ਨੇ ਜੀ ਅੱਛਾ 2 ਪੀਸ ਚੱਲੇ ਆ ਹੋਰ ਵੀ ਸਮਾਨ ਉਹਨਾਂ ਦਾ ਹੀ ਪਿਆ ਜਿਹੜਾ ਸਾਰਾ ਅਮਰੀਕਾ ਹੀ ਜਾਣਾ ਵਾ ਪਾਰਕ ਚੇਰਾਂ ਵਗੈਰਾ ਝੂਲੇ ਵਗੈਰਾ ਜਿੰਨੇ ਪਏ ਨੇ ਅੱਛਾ 6 ਲੱਖ ਆ ਜਿਹੜਾ ਉਹ ਫੋਟੋ ਵੀਡੀਓ ਤੇ ਸ਼ੌਂਕ ਨਹੀਂ ਲੱਗਦਾ ਨਹੀਂ ਸਾਰਾ ਹੀ ਮਤਲਬ ਉਹਨਾਂ ਦੇ ਸ਼ੌਂਕ ਨਾਲ ਹੀ ਆ ਉਹਨਾਂ ਦਾ ਮਤਲਬ ਹੈਗਾ 15-20 ਲੱਖ ਰੁਪਏ ਦਾ ਮਾਲ ਆ ਕੁਛ ਉਹਨਾਂ ਨੇ ਹੋਰ ਪਾਰਟੀਆਂ ਤੋਂ ਲਿਆ ਕੁਛ ਆਪਣਾ ਮਾਲ ਆ ਸਾਰਾ ਜੀ ਆਹ ਜਿਵੇਂ ਬੱਸਾਂ ਵਗੈਰਾ ਨੇ ਉਹਨਾਂ ਦੀਆਂ ਤੇ ਬਾਕੀ ਆ ਝੂਲੇ ਵਗੈਰਾ ਪਏ ਨੇ ਸਾਰੇ ਉਹਨਾਂ ਦੇ ਅੱਛਾ ਉਹਨਾਂ ਦੇ ਹੀ ਹੈ ਹਾਂਜੀ ਓਏ ਆਹ ਯਾਰ ਗੱਲ ਇਹ ਦੇਖ ਵੀਰੇ ਹੈ ਵੀ ਟਰੱਕ ਜਿੰਨਾ ਉੱਚਾ ਇਹ 13 ਫੁੱਟ ਉੱਚਾ ਜੀ ਹਾਂ 13 ਫੁੱਟ ਉੱਚਾ 13 ਫੁੱਟ ਉੱਚਾ ਜੀ ਇਹ ਬਣਨ ਨੂੰ ਕਿੰਨਾ ਟਾਈਮ ਲੱਗ ਗਿਆ ਬਣਨ ਨੂੰ ਇਹਨੂੰ 2 ਮਹੀਨੇ ਲੱਗ ਗਏ ਜੀ ਹਾਂਜੀ ਪਹਿਲਾਂ ਇਹਨੂੰ ਮਿੱਟੀ ਦੇ ਬਣਾ ਕੇ ਪੂਰਾ ਸਾਈਜ਼ ਫਿਰ ਇਹਨੂੰ ਫਾਈਬਰ ਉੱਤੇ ਫਾਈਬਰ ਤੇ ਬਣਾਇਆ ਗਿਆ ਅੱਛਾ ਪਹਿਲਾਂ ਮਿੱਟੀ ਦੇ ਬਣੇ ਫਿਰ ਫਾਈਬਰ ਤੇ ਬਣੇ ਫਿਰ ਫਾਈਬਰ ਤੇ ਬਣੇ ਇਹਨੂੰ ਤਾਂ ਬਣਾਉਣ ਨੂੰ ਵੀ ਬੰਦੇ 10 ਚਾਹੀਦੇ ਹੋਣੇ ਕਿ ਨਹੀਂ ਬਣਾਉਣ ਨੂੰ ਵੀ 3 ਮਹੀਨੇ ਲੱਗ ਗਏ 2 ਤੋਂ 3 ਮਹੀਨੇ ਲੱਗ ਗਏ ਕੰਪਲੀਟ 2 ਤੋਂ 3 ਮਹੀਨੇ ਚ ਬਣਿਆ ਇੱਕ ਹਾਂਜੀ ਹਾਂਜੀ ਪੇਠਾ ਸੱਚ ਹਾਂਜੀ ਲੈ ਵੀ ਆਹ ਚੱਲਿਆ ਅਮਰੀਕਾ ਸ਼ਿਪਿੰਗ ਦਾ ਜਿਹੜਾ ਇਧਰੋਂ ਕਹਿ ਦਈਏ ਉਹ ਖਾਸ ਧਿਆਨ ਰੱਖਿਆ ਜਾਂਦਾ ਵੀਰ ਹੋਣਾ ਵਾਲਾ ਹਾਂਜੀ ਤੇ ਨੰਬਰ ਚੱਲਦੇ ਤੇ ਵੀਰੇ ਇੱਕ NRI ਵੀਰਾਂ ਵਾਸਤੇ ਇੱਕ ਤਾਂ ਚਲੋ ਮੰਨ ਲਿਆ ਵੀ ਕੈਨੇਡਾ ਅਮਰੀਕਾ ਤੋਂ ਹੀ ਸ਼ਿਪਿੰਗ ਕਰਤੀ ਸਮਾਨ ਜਾਣਾ ਇੱਕ ਮੇਰੇ ਵਰਗਾ ਭਰਾ ਹੁੰਦਾ ਉਹ ਕਹੇ ਯਾਰ ਬਈ ਤੁਹਾਡੇ ਤੇ ਜ਼ਿੰਮੇਵਾਰੀ ਆ ਸਮਾਨ ਦਾ ਚਲੋ ਘੈਂਟ ਆ ਵੀ ਇੱਧਰ ਘਰੇ ਜਾਂ ਕਿਤੇ ਪਾਰਕ 'ਚ ਜਾਂ ਸੇਵਾ ਹੀ ਲਾਉਣੀ ਆ ਕਿਸੇ ਸਕੂਲ ਝੂਲਿਆਂ ਦੀ ਉਹਦਾ ਕੀ ਹਿਸਾਬ ਆ ਬਸ ਉਹ ਸਾਨੂੰ ਆਪਦੇ ਬਾਹਰੋਂ ਹੀ ਸਾਨੂੰ ਆਰਡਰ ਕਰਨਾ ਆਪਦੇ ਪਿੰਡ ਦਾ ਐਡਰੈਸ ਦੇਣਾ ਆਪਦੇ ਗਰਾਊਂਡ ਦਾ ਹਾਂਜੀ ਤਾਂ ਅਸੀਂ ਗਰਾਊਂਡ ਚੈੱਕ ਕਰਕੇ ਜਿਹੜੀਆਂ ਚੀਜ਼ਾਂ ਉੱਥੇ ਲੱਗਣਗੀਆਂ ਉੱਥੇ ਡਿਸਕਸ ਕਰਕੇ ਪਲਾਨ ਕਰਕੇ ਉਹਨਾਂ ਨੂੰ ਬਜਟ ਦੱਸਾਂਗੇ ਤੇ ਉਹ ਆਪਦਾ ਆਰਡਰ ਕਰਨ ਤਾਂ ਅਸੀਂ ਉੱਥੇ ਫਿਟਿੰਗ ਕਰਦਾ ਅੱਛਾ
ਉਹ ਪੈਕ ਵੀ ਹੁੰਦਾ ਉਹਦਾ? ਉਹ ਤਾਂ ਪੈਕ ਜਿੰਨਾ ਕਿ ਉਹਨਾਂ ਦਾ ਬਜਟ ਉਸ ਹਿਸਾਬ ਨਾਲ ਪੈਕ ਬਣ ਜੂਗਾ ਵੀ ਉਹਦੇ 'ਚ ਕੀ ਲੱਗ ਸਕਦਾ, ਜਾਂ ਏਰੀਆ ਦੱਸ ਦੇਣ, ਉਹ ਖੁੱਲ੍ਹਾ ਬਜਟ ਦੇ ਦੇਣ ਵੀ ਉਹ 'ਚ ਤੁਸੀਂ ਕੀ ਕੁਛ ਲਾ ਸਕਦੇ ਹੋ, ਉਹ ਸਾਰਾ ਕੁਛ ਅਸੀਂ ਡਿਜ਼ਾਇਨ ਕਰਕੇ ਆਪੇ ਡਿਜ਼ਾਇਨ ਕਰਕੇ ਫਿਟਿੰਗ ਕਰਵਾ ਕੇ ਦੇਵਾਂ। ਹਾਂ ਵੀ ਆਹ ਜਿਵੇਂ ਬਾਹਰ ਚੱਲੇ ਅਮਰੀਕਾ, ਉਵੇਂ ਬਾਹਰ ਤੁਹਾਡੇ ਕੋਲ ਚੀਜ਼ ਪਹੁੰਚ ਹੀ ਜਾਣੀ ਹੈ ਜੀ। ਉਰੇ ਵੀ ਤੁਹਾਨੂੰ ਲੋੜ ਆ ਤਾਂ ਉਰੇ ਵੀ ਅਸੀਂ ਤੁਹਾਡੇ ਪੰਜਾਬ 'ਚ ਕਿਤੇ ਵੀ ਲੋੜ ਆ ਤਾਂ ਵੀ ਆਪਾਂ ਐਨਆਰਆਈ ਭਰਾ ਫੋਨ ਕਰੇ ਤਾਂ ਆਪਾਂ ਬੜੇ ਧਿਆਨ ਨਾਲ ਉਹਦੀ ਗੱਲ ਸੁਣ ਕੇ ਤਿਆਰ ਕਰਕੇ ਦੇਵਾਂ ਜੀ। ਲੈ ਵੀ ਲੋਕੇਸ਼ਨ ਵੀ ਚੱਲ ਰਹੀ ਹੈ, ਨੰਬਰ ਵੀ ਚੱਲ ਰਹੇ ਆ। ਨੰਬਰ ਲਾਓ 3 ਲੱਖ ਦਾ ਕੀ, ਚਾਹੇ 10 ਲੱਖ ਵਾਲਾ ਪੇਠਾ ਤਿਆਰ ਕਰਾ ਲਏ, ਸਾਰਾ ਤਿਆਰ ਹੋ ਜਾਊਗਾ। ਕਰ ਦਿਓ ਨੰਬਰ 'ਤੇ ਫੋਨ ਵੀਰੇ। ਧੰਨਵਾਦ। ਧੰਨਵਾਦ।